ਸਰਕਾਰੀ ਕਾਰਗੁਜ਼ਾਰੀ 6 ਮਹੀਨੇ ਹੋ ਗਏ ਕੋਈ ਨਹੀਂ ਕੀਤੀ ਅਜੇ ਅਸੀਂ ਕੰਮ ਕਰਨੇ ਸ਼ੁਰੂ ਕਰਨੇ ਨੇ ਮੈਨੂੰ ਪਤਾ ਹੈ ਮੇਰੀ ਨੌਰ ਦੇ ਵਿੱਚ ਹੈ ਫਤਿਹਗੜ੍ਹ ਸਕੂਲੀਆਂ ਤੋਂ ਜੋ ਅੰਮ੍ਰਿਤਸਰ ਰੋਡ ਬਣਨਾ ਹੈ ਮੈਨੂੰ ਪਤਾ ਹੈ ਮੇਰੀ ਨੌਰ ਦੇ ਵਿੱਚ ਹੈ ਜੇ ਸਟੇਡੀਅਮ ਦਾ ਕੰਮ ਹੋਣਾ ਹੈ ਸੀਵਰੇਜ ਦਾ ਕੰਮ ਵੀ ਹੋਣਾ ਸਟੇਡੀਅਮ ਦਾ ਹੋਣਾ ਇੱਥੇ ਪਾਰਕ ਦੇ ਵਿੱਚ ਇੱਕ ਬਹੁਤ ਜ਼ਿਆਦਾ ਮਾੜੀ ਹਾਲਤ ਹੈ ਮੈਨੂੰ ਪਤਾ ਹੈ ਬਸ ਸਟੈਂਡ ਦਾ ਥੋੜੇ ਹੀ ਸਮੇਂ ਤੱਕ ਕੰਮ ਸ਼ੁਰੂ ਹੋ ਜਾਵੇਗਾ ਕੋਈ ਵੀ ਮੈਂ ਸ਼ਹਿਰ ਦਾ ਇੱਕ ਸਾਡਾ ਛੋਟਾ ਜਿਹਾ ਸ਼ਹਿਰ ਸਾਡੀ ਸ਼ਾਨ ਹੈ ਵਿਧਾਨਸਭਾ ਹਲਕਾ ਫਤਿਹਗੜ੍ਹ ਚੂੜੀਆਂ ਜੱਜ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਸਿਆਸੀ ਝਟਕਾ ਲੱਗਾ ਹੈ ਜਿੱਥੇ ਕਿ ਵਾਰਡ ਨੰਬਰ 8 ਤੋਂ ਸਾਬਕਾ ਕੌਂਸਲਰ ਲਖਵਿੰਦਰ ਸਿੰਘ ਬੱਲ ਆਪਣੇ ਪਰਿਵਾਰਕ ਮੈਂਬਰਾਂ ਤੇ ਹੋਰ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਉਹਨਾਂ ਦਾ ਪੰਸਬ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਹੈ ਇਸ ਮੌਕੇ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਬੀਰ ਸਿੰਘ ਪੰਨੂ ਨੇ ਦਾਅਵਾ ਕੀਤਾ ਹੈ ਕਿ ਫਤਿਹਗੜ੍ਹ ਚੂੜੀਆਂ ਦੀ ਦਿੱਖ ਜਲਦੀ ਹੀ ਸਵਾਰੀ ਜਾਵੇਗੀ ਉਹਨਾਂ ਕਿਹਾ ਕਿ ਉਹਨਾਂ ਦਾ ਹਰ ਪਾਸੇ ਧਿਆਨ ਹੈ ਇਸ ਮੌਕੇ ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਹੋਰ ਵੀ ਕਈ ਵੱਡੀਆਂ ਪਾਰਟੀਆਂ ਦੇ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਤਿਆਰ ਬੈਠੇ ਹਨ ਅੱਜ ਜੀ ਬਹੁਤ ਹੀ ਸਤਿਕਾਰਯੋਗ ਲਖਵਿੰਦਰ ਸਿੰਘ ਬੱਲ ਜੀ ਜੋ ਅਕਾਲੀ ਦਲ ਦੇ ਸ਼ਹਿਰ ਦੇ ਕਾਫੀ ਸੀਨੀਅਰ ਨੁਮਾਇੰਦੇ ਨੇ ਪ੍ਰਧਾਨ ਨੇ ਅਕਾਲੀ ਦਲ ਵੱਲੋਂ ਅੱਜ ਆਪਣੀ ਸਾਰੀ ਟੀਮ ਦੇ ਨਾਲ ਅਕਾਲੀ ਦਲ ਦੀ ਜਿੰਨੀ ਵੀ ਵਾਰਡ ਦੇ ਵਾਰਡਾਂ ਦੇ ਵਿੱਚ 13 ਵਾਰਡਾਂ ਜਿਨ੍ਹਾਂ ਦੀ ਟੀਮ ਸੀ ਸਾਰੀ ਟੀਮ ਦੇ ਨਾਲ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜ ਰਹੇ ਨੇ ਵੇਖੋ ਜੀ ਪਾਰਟੀਆਂ ਛੱਡਣੀਆਂ ਬੜੀਆਂ ਔਖੀਆਂ ਨੇ ਕਿਉਂਕਿ ਪਿੱਛੇ ਕੋਈ ਕਾਰਨ ਹੋਵੇਗਾ ਬੱਲ ਸਾਹਿਬ ਕੁਝ ਕਰਨਾ ਚਾਹੁੰਦੇ ਸੀ ਬੱਲ ਸਾਹਿਬ ਇੱਕ ਸੱਚੇ ਸੁੱਚੇ ਇਨਸਾਨ ਨੇ ਸਾਡੇ 10 ਵਾਰਡ ਤੋਂ ਜੋਸ਼ੀ ਸਾਹਿਬ ਜੋ ਵਾਰਡ ਦੀ ਨੁਮਾਇੰਦਗੀ ਕਰ ਰਹੇ ਆ ਇਹ 8 ਵਾਰਡ ਤੋਂ ਸੋਰੀ ਇਸੇ ਵਾਰਡ 'ਚੋਂ ਅੱਜ ਮੈਨੂੰ ਬੜੀ ਖੁਸ਼ੀ ਹੈ ਇਸੇ ਵਾਰਡ 'ਚੋਂ ਸਾਡੇ ਦੋਨੇ ਵੱਡੇ ਮੇਰੇ ਸਤਿਕਾਰਯੋਗ ਭਰਾ ਨੇ ਫਾਦਰ ਸਾਹਿਬ ਦੀ ਏਜ ਦੇ ਨੇ ਜੋਸ਼ੀ ਸਾਹਿਬ ਅੱਜ ਬੜੀ ਖੁਸ਼ੀ ਹੁੰਦੀ ਹੈ ਕਾਂਗਰਸ ਵੱਲੋਂ ਇਲੈਕਸ਼ਨ ਲੜਦੇ ਸੀ ਔਰ ਅਕਾਲੀ ਦਲ ਵੱਲੋਂ ਅੱਜ ਦੋਨੇ ਜੋ ਵਾਰਡ ਦੇ ਹੀਰੇ ਸੀ ਅੱਜ ਦੋਨੇ ਇਕੱਠੇ ਖੜੇ ਨੇ ਕਿਉਂਕਿ ਦੂਸਰੀਆਂ ਸਰਕਾਰਾਂ ਦੂਸਰੀਆਂ ਪਾਰਟੀਆਂ ਆਪਣੇ ਮਤਬਲ ਵਾਸਤੇ ਸਾਨੂੰ ਚੰਗੇ ਇਨਸਾਨਾਂ ਨੂੰ ਇਕੱਠੇ ਨਹੀਂ ਸੀ ਹੋਣ ਦਿੰਦੀਆਂ ਮੈਨੂੰ ਬੜੀ ਖੁਸ਼ੀ ਹੈ ਵੀ ਅੱਜ ਸਰਦਾਰ ਲਖਵਿੰਦਰ ਸਿੰਘ ਜੀ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਕਾਫੀ ਵੱਡੀ ਟੀਮ ਹੈ ਇਹਨਾਂ ਦੀ ਮੈਨੂੰ ਆਸ ਹੈ ਵੀ ਅੱਗੇ ਅੱਜ ਇਹਨਾਂ ਦੇ ਪਾਰਟੀ ਦੇ ਵਿੱਚ ਆਉਣ ਦੇ ਨਾਲ ਸ਼ਹਿਰ ਨੂੰ ਬਲ ਮਿਲੇਗਾ ਪਰ ਕਾਫੀ ਹੋਰ ਟੀਮ ਜੋ ਕੁਛ ਹੋਰ ਵੀ ਸਾਡੇ ਸ਼ਹਿਰ ਦੇ ਵਿੱਚ ਵਧੀਆ ਨੁਮਾਇੰਦੇ ਨੇ ਇਹਨਾਂ ਨੂੰ ਅੱਜ ਦੇਖ ਕੇ ਇਹਨਾਂ ਦੀ ਚੰਗੀ ਸੋਚ ਨੂੰ ਸਲੂਟ ਕਰਕੇ ਹੋਰ ਵੀ ਨੁਮਾਇੰਦੇ ਜੋ ਚੰਗੇ ਇਨਸਾਨ ਨੇ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਅੱਜ ਮੈਂ ਆਪਣੇ ਵੱਲੋਂ ਔਰ ਪੂਰੀ ਆਮ ਆਦਮੀ ਪਾਰਟੀ ਦੀ ਸਾਡੀ ਜਿੰਨੀ ਵੀ ਸ਼ਹਿਰ ਦੀ ਟੀਮ ਹੈ ਸਾਡੇ ਸ਼ਹਿਰ ਦੇ ਪ੍ਰਧਾਨ ਨੇ ਵਾਈਸ ਪ੍ਰਧਾਨ ਨੇ ਸਾਡੇ ਵਾਰਡਾਂ ਦੇ ਇੰਚਾਰਜ ਨੇ ਉਹਨਾਂ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸਾਡੇ ਲੋਕ ਸਭਾ ਦੇ ਇੰਚਾਰਜ ਨੇ ਰਾਜੀਵ ਸ਼ਰਮਾ ਜੀ ਸਾਡੇ ਸੰਗਠਨ ਦੀ ਟੀਮ ਦੇ ਵਿੱਚ ਉਹਨਾਂ ਕਾਫੀ ਬਹੁਤ ਵਧੀਆ ਕੰਮ ਕੀਤਾ ਮੈਂ ਇਹਨਾਂ ਨੂੰ ਜੀਆਂ ਆਖਦਾ ਅਤੇ ਨਾਲ ਹੀ ਵਿਸ਼ਵਾਸ ਦਿਵਾਉਂਦਾ ਵੀ ਅਸੀਂ ਹਰ ਇੱਕ ਧਰਮ ਦਾ ਜੋ ਮਨ ਦਾ ਮਾਣ ਸਤਿਕਾਰ ਦੇਵਾਂਗੇ ਔਰ ਜੋ ਜੋ ਆਮ ਆਦਮੀ ਪਾਰਟੀ ਦੇ ਵਿੱਚ ਸਾਡੇ ਚੰਗੇ ਵਧੀਆ ਭਰਾ ਭਾਈਚਾਰਿਆਂ ਦੇ ਲੋਕ ਸ਼ਾਮਲ ਹੋ ਰਹੇ ਨੇ ਮੈਂ ਉਹਨਾਂ ਸਾਰਿਆਂ ਨੂੰ ਵਿਸ਼ਵਾਸ ਦਿੰਦਾ ਵੀ ਮੈਂ ਕਿਸੇ ਵੀ ਤਰ੍ਹਾਂ ਦੀ ਵੇਖੋ ਕੰਮ ਕਰਦਿਆਂ ਮੈਂ ਇਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਹੈ ਜੇ ਕੰਮ ਕਰਦਿਆਂ ਲੱਗਦਾ ਹੈ ਮੈਂ ਵੀ ਇਨਸਾਨ ਹੈ ਕੋਸ਼ਿਸ਼ ਕਰਾਂਗਾ ਵੀ ਮੇਰੇ ਕੋਲੋਂ ਕੋਈ ਗਲਤੀ ਨਾ ਹੋਵੇ ਜੇ ਕੰਮ ਕਰਦਿਆਂ ਲੱਗਦਾ ਮੈਂ ਸ਼ਹਿਰ ਵਾਸੀਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਵੀ ਬੇਨਤੀ ਕਰਦੀ ਚਾਹੁੰਦਾ ਵੀ ਲੱਗਦਾ ਵਾ ਜੇ ਮੈਂ ਕਿਸੇ ਨਾ ਕਿਸੇ ਮੇਰੇ ਕੋਲ ਗਲਤ ਫੈਸਲਾ ਲਿਆ ਜਾਂਦਾ ਜਾਂ ਕਿਸੇ ਕੰਮ ਦੇ ਵਿੱਚ ਮੈਨੂੰ ਜ਼ਰੂਰ ਰੋਕ ਦਿਓ ਟੋਕ ਦਿਓ ਕਿਉਂਕਿ ਮੇਰੇ ਨਾਲੋਂ ਜ਼ਿਆਦਾ ਮੇਰੇ ਕਾਫੀ ਵੱਡੇ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਸ਼ਹਿਰ ਬਾਰੇ ਜ਼ਿਆਦਾ ਪਤਾ ਵਾਰਡਾਂ ਦੇ ਵਿੱਚ ਇਹਨਾਂ ਨੇ ਕਾਫੀ ਨੁਮਾਇੰਦਗੀਆਂ ਕੀਤੀਆਂ ਸਿੱਧੀਆਂ ਨੇ ਸ਼ਹਿਰ ਬਾਰੇ ਜਾਣਦੇ ਨੇ ਵਾਰਡਾਂ ਬਾਰੇ ਜਾਣਦੇ ਨੇ ਮੈਂ ਚਾਹੁੰਦਾ ਹਾਂ ਵੀ ਮੈਂ ਜੋ ਮੈਨੂੰ ਸੂਝਵਾਨ ਵਾਰਡਾਂ ਦੇ ਵਿੱਚ ਸੂਝਵਾਨ ਲੋਕ ਨੇ ਉਹ ਪਿੰਡਾਂ ਦੇ ਵਿੱਚ ਸੂਝਵਾਨ ਵਾਰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਮੈਂ ਉਹਨਾਂ ਦੀ ਸਲਾਹ ਦੇ ਨਾਲ ਚੱਲਾਂ ਜੋ ਉਹ ਆਪਣੀ ਵਾਰਡ ਦੇ ਵਿੱਚ ਕੰਮ ਦੱਸਣ ਮੈਂ ਉਹ ਕਰਾਂ ਕਿਉਂਕਿ ਉਹਨਾਂ ਨੂੰ ਪਤਾ ਹੈ ਪਹਿਲ ਦੇ ਆਧਾਰ 'ਤੇ ਕੰਮ ਕਿਹੜਾ ਹੋਣਾ ਅਤੇ ਅੱਜ ਮੈਨੂੰ ਬੜੀ ਖੁਸ਼ੀ ਹੈ ਵੀ ਫਤਿਹਗੜ੍ਹ ਚੂੜੀਆਂ ਦੇ ਵਿੱਚ ਕਾਫੀ ਵੱਡੀ ਟੀਮ ਆ ਵੀ ਚੁੱਕੀ ਹੈ ਅਤੇ ਹੋਰ ਆਉਣਾ ਵੀ ਚਾਹੁੰਦੀ ਹੈ ਫਤਿਹਗੜ੍ਹ ਚੂੜੀਆਂ ਤੋਂ ਰਮੇਸ਼ ਸੋਨੀ ਦੀ ਰਿਪੋਰਟ ਪੰਜਾਬ ਟੂਡੇ।